ਮੈਂ ਇੱਕ ਬਹਿਣ ਮੇਰੀ ਹੈ ਅਤੇ ਇੱਥੇ ਗੁਰਚਰਨ ਕੌਰ ਸਿੰਧ ਉਹਨਾਂ ਨੂੰ ਮਿਲੇ ਅਤੇ ਕੁਪਤ ਜ਼ਿਆਦਾ ਹੀ ਇਹਨਾਂ ਨੇ ਮਿਲ ਲਈ ਹੈ ਅਤੇ ਨਾਲ ਫਿਰ ਉਹਨਾਂ ਵਾਸਤੇ ਚਾਹ ਵੀ ਲੈ ਕੇ ਆਏ ਤੁਸੀਂ ਦੇਖ ਸਕਦੇ ਹੋ ਕਿ ਚਾਹ ਵੀ ਹੈ ਅਤੇ ਇਹਨਾਂ ਨੇ ਖਾਹਿਸ਼ ਕੀਤੀ ਸੀ ਕਿ ਖਾਣਾ ਉਹਨਾਂ ਨੇ ਕਿ ਪੁੱਛਿਆ ਕਿ ਮਿੱਠੇ ਚਾਵਲ ਖਾਣੇ ਜੇ ਅਤੇ ਇਹਨਾਂ ਨੇ ਕਿਹਾ ਹਾਂ ਖਾਣੇ ਨੇ ਇਹਨਾਂ ਦੇ ਮਜ਼ਾਕ 'ਚ ਕਹਿ ਤਾ ਕਿ ਹਾਂ ਖਾਣੇ ਨੇ ਅਤੇ ਉਹ ਮਿੱਠੇ ਚਾਵਲ ਵੀ ਜਿੰਨੀ ਦੇਰ ਅਸੀਂ ਇੰਟਰਵਿਊ ਰਿਕਾਰਡ ਕਰ ਰਹੇ ਸੀ ਉਹ ਕਿਧਰੋਂ ਨਾ ਕਿਧਰੋਂ ਅਰੇਂਜ ਕਰਕੇ ਲੈ ਆਏ ਅਤੇ ਕਿਉਂ ਖਵਾ ਰਹੇ ਹੋ ਸਾਡਾ ਜਿਹੜਾ ਮੇਰਾ ਪਿੰਡ ਹੈ ਇਬਨ ਕਲਾਂ ਮੇਰੇ ਸਹੁਰਿਆਂ ਦਾ ਘਰ ਹੈ ਉਹਦੇ ਬਿਲਕੁਲ ਸਾਹਮਣੇ ਇੱਕ ਮਜ਼ਾਰ ਹੈ ਅਤੇ ਉੱਥੇ ਵੀ ਅਕਸਰ ਕਿਸੇ ਨਾ ਕਿਸੇ ਹਫ਼ਤੇ ਮਿੱਠੇ ਚੌਲਾਂ ਦੀ ਦੇਗ ਚੜ੍ਹਾਈ ਜਾਂਦੀ ਹੈ ਉਹ ਅਸੀਂ ਲੋਕੀ ਉਹ ਚੜ੍ਹਾਉਂਦੇ ਹਾਂ ਅਸੀਂ ਬੜੇ ਚਾਅ ਦੇ ਨਾਲ ਖਾਂਦੇ ਹਾਂਜੀ ਅਸੀਂ ਇਸੇ ਤਰ੍ਹਾਂ ਜਿਵੇਂ ਆਪਣਾ ਇੱਥੇ ਬੁੱਲੇ ਸ਼ਾਹ ਦੀ ਮਜ਼ਾਰ 'ਤੇ ਚੜ੍ਹਾਉਂਦੇ ਹਾਂ ਸਾਡੇ ਮੇਰਾ ਆਪਣਾ ਪਿੰਡ ਚੌਹਾਨ ਹੈ ਜਿੱਥੋਂ ਦੀ ਮੈਂ ਜੰਮਪਲ ਹਾਂ ਸਾਡੇ ਮੰਦੇ ਸ਼ਾਹ ਹੁਣਾਂ ਦੀ ਮਜ਼ਾਰ ਹੈ ਸੋ ਉਹਨਾਂ ਇੱਕੋ ਇੱਕ ਮੁਸਲਿਮ ਪਰਿਵਾਰ ਰਹਿ ਗਿਆ ਸਾਡੇ ਪਰਿਵਾਰ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਅਸੀਂ ਉਹਨਾਂ ਦੀ ਉਸੇ ਤਰ੍ਹਾਂ ਇੱਜ਼ਤ ਕਰਦੇ ਹਾਂ ਜਿਵੇਂ ਉਹਨਾਂ ਦੇ ਸਮੇਂ ਦੇ ਵਿੱਚ ਉਹਨਾਂ ਦੇ ਪੁਰਖੇ ਕਰਿਆ ਇਹਦੇ ਨਾਲ ਹੀ ਨਾ ਜੀ ਸਾਡੀਆਂ ਜਿਹੜੀਆਂ ਪੈਲੀਆਂ ਉੱਥੇ ਸਾਡੇ ਪਿੰਡ ਦੇ ਵਿੱਚ ਪਿੰਡ ਚੌਹਾਨ ਦੇ ਵਿੱਚ ਉੱਥੇ ਬਾਬਾ ਛਪੱਤੇ ਸ਼ਾਹ ਦੀ ਮਜ਼ਾਰ ਹੈਗੀ ਤੇ ਉੱਥੇ ਮਿੱਠੇ ਚੌਲਾਂ ਦੀ ਦੇਗ ਜਿਹੜੀ ਆ ਲੋਕੀ ਚੜ੍ਹਾਉਂਦੇ ਹਨ ਹਰ ਆਪਣਾ ਸ਼ੁੱਕਰਵਾਰ ਜਿਹੜਾ ਹੁੰਦਾ ਸਾਡਾ ਵੀਰਵਾਰ ਸੋਰੀ ਜਿਹੜੀਆਂ ਤੁਸੀਂ ਉੱਥੇ ਦੇਗਾਂ ਚੜ੍ਹਾਈਆਂ ਸੀ ਨਾ ਜੀ ਉਹ ਤੁਸੀਂ ਉਹਦੇ ਚਾਵਲ ਇੱਥੇ ਖਾ ਰਹੇ ਹੋ ਬਾਬਾ ਛਪੱਤੇ ਸ਼ਾਹ ਦੇ ਅਸੀਂ ਵੀ ਦੇਗ ਚੜ੍ਹਾਈ ਉੱਥੇ ਕਈ ਵਾਰ ਅੱਛਾ ਪੈਲੀਆਂ ਸਾਡੀ ਪੈਲੀਆਂ ਦੇ ਬਿਲਕੁਲ ਹੁਣ ਖੁਸ਼ ਜੇ ਪੁੱਛ ਰਹੇ ਨੇ ਕਿ ਹੁਣ ਖੁਸ਼ ਜੇ ਠੀਕ ਹੈ ਨਾ ਇਹ ਮੈਨੂੰ ਬੁਲਾਉਂਦੇ ਆ ਮੈਂ ਬੀਬੀ ਨੂੰ ਪਿਆਉਂਦਾ ਮੈਂ ਤੁਹਾਡੀਆਂ ਮਾਨਤਾਵਾਂ ਹੈਗੀਆਂ ਮੰਨਦੇ ਤੁਸੀਂ ਉਸੇ ਤਰ੍ਹਾਂ ਹੀ ਅਸੀਂ ਉੱਥੇ ਬਹੁਤ ਚਾਹ ਨਾਲ ਜਾਂਦੇ ਹਾਂ ਮੱਥਾ ਵੀ ਟੇਕਦੇ ਹਾਂ ਮੱਥਾ ਟੇਕਦੇ ਹਾਂ ਪਰ ਅਸੀਂ ਮੱਥਾ ਨਹੀਂ ਦੇਖਦੇ ਚਲੋ ਵੈਸੇ ਦੁਆ ਇੱਕੋ ਹੀ ਗੱਲ ਹੈ ਆਪਾਂ ਜਿਹੜਾ ਹੱਥ ਜੋੜ ਕੇ ਕਰ ਲੈਂਦੇ ਹਾਂ ਜਿਹੜੀ ਸਾਡੇ ਪਿੰਡ ਬਾਬਾ ਮੰਦੇ ਸ਼ਾਹ ਦੀ ਜਿਹੜੀ ਹੈਗੀ ਹੈ ਨਾ ਜੀ ਕਬਰ ਉੱਥੇ ਸਾਉਣ ਦੇ ਮਹੀਨੇ ਮਤਲਬ ਪਹਿਲੀ ਦੋ ਤੋਂ ਤਿੰਨ ਸਾਉਣ ਨੂੰ ਮੇਲਾ ਲੱਗਦਾ ਹਰ ਹਰ ਅੱਗੇ ਹੁਣ ਤਾਂ ਬਹੁਤ ਹੀ ਸਖਤੀ ਹੋ ਗਈ ਹੈ ਨਾ ਤੇ ਪਹਿਲਾਂ ਇੱਥੋਂ ਲਾਹੌਰ ਤੋਂ ਕਵਾਲ ਜਾਂਦੇ ਹੁੰਦੇ ਸੀ ਉੱਥੇ ਕਵਾਲ ਕਵਾਲੀਆਂ ਗਾਉਂਦੇ ਹੁੰਦੇ ਜੀ ਮੈਂ ਉਦੋਂ ਪੰਜਵੀਂ ਛੇਵੀਂ ਜੀ ਪੜ੍ਹਦਾ ਹੁੰਦਾ ਜਦੋਂ ਅਸੀਂ ਜਾ ਕੇ ਉਹਨਾਂ ਦੀ ਕਵਾਲੀਆਂ ਸੁਣਦੇ ਹੁੰਦੇ ਹਾਂ ਆਸ ਹੈ ਕਿ ਦੁਬਾਰਾ ਤੂੰ ਇਹ ਲੰਘੇ ਹਾਂ ਅਸੀਂ ਐਵੇਂ ਵੀ ਉਹ ਫਿਰ ਉਸੇ ਤਰ੍ਹਾਂ ਹੀ ਥੋੜ੍ਹੇ ਜਿਹੇ ਸੌਖੇ ਹੋਣ ਤੇ ਤੂੰ ਦੁਬਾਰਾ ਕਵਾਲ ਕਵਾਲੀਆਂ ਸੁਣੀਏ ਉਹ ਤਾਂ ਲੱਗਣ ਉਹਨਾਂ ਦਰਗਾਹਾਂ ਤੇ ਇਹਨਾਂ ਦਰਗਾਹਾਂ ਦੇ ਇਹੀ ਤਾਂ ਖੂਬੀ ਹੈ ਲੋਕਾਂ ਨੂੰ ਇੱਕ ਕਰਦੇ ਇਹ ਬਾਬਾ ਬੁੱਲੇ ਸ਼ਾਹ ਦੇ ਮਜ਼ਾਰ ਤੇ ਤਨ ਲੈ ਇਹ ਨਹੀਂ ਕਹਿੰਦੇ ਕਿ ਮੇਰੀ ਦਰਗਾਹ ਤੇ ਹਾਂ ਹਾਂ ਜੋ ਵੀ ਆਏਗਾ ਜਿੱਥੇ ਜਿਹੜੇ ਖੀਰ ਚੜ੍ਹ ਕੇ ਜਾਂਦੇ ਬਾਬਾ ਸ਼ੇਤ ਬੱਦੇ ਅੱਛਾ ਸਾਡੇ ਪਿੰਡ ਤੋਂ ਕੋਈ 5-6 ਕਿਲੋਮੀਟਰ ਹੀ ਆ ਟਮਾਟਰ ਅੱਛਾ ਬਾਬਾ ਸ਼ੇਤ ਬੱਦੇ ਦਾ ਡੇਰਾ ਹੈ ਹਾਂ ਹਾਂ ਉੱਥੇ ਜਦੋਂ ਮੱਝਾਂ ਗਾਈਆਂ ਸੱਜਰ ਸੁਣਦੀਆਂ ਨਾ ਜੀ ਤੇ ਜਦੋਂ ਬੋਲੀ ਵਾਲਾ ਦੁੱਧ ਜਿਹੜਾ ਖਤਮ ਹੋ ਜਾਂਦਾ ਜਦੋਂ ਬੋਲੀ ਵਾਲਾ ਦੁੱਧ ਤੋਂ ਬਾਅਦ ਜਿਹੜਾ ਦੁੱਧ ਹੁੰਦਾ ਜਦੋਂ ਦੁੱਧ ਬਣ ਜਾਂਦਾ ਅਸਲ ਬੋਲੀ ਤੋਂ ਬਾਅਦ ਪਹਿਲੀ ਖੀਰ ਬਣਾ ਕੇ ਉਹਦੀ ਖੀਰ ਬਣਾ ਕੇ ਉੱਥੇ ਚੜਾਉਂਦੇ ਆ ਇਹ ਤੁਸੀਂ ਸਾਰੇ ਲੋਕ ਮਤਲਬ ਸਿੱਖੀ ਦੇ ਨਾਲ ਜਿਤਨੇ ਜੁੜੇ ਹੋਏ ਉਹ ਸਾਰੇ ਲੋਕ ਮੈਂ ਆਪ ਉੱਥੇ ਆਪਣੀਆਂ ਮੱਝਾਂ ਦੀ ਖੀਰ ਚੜਾਉਣ ਜਾਂਦਾ ਰਿਹਾ ਸਾਈਕਲ ਤੇ ਜਾ ਕੇ ਅੱਛਾ ਅੱਛਾ ਉੱਥੇ ਇੰਨੀ ਖੀਰ ਚੜ੍ਹਦੀ ਆ ਵੀ ਤੁਸੀਂ ਨਾ ਇਮੇਜਿਨ ਨਹੀਂ ਕਰ ਸਕਦੇ ਉੱਥੇ ਤੇ ਵੱਡੀ ਵੱਡੀ ਜਾਂਦੀ ਉੱਥੇ ਉਹ ਨਾ ਸੀਮਿੰਟ ਦੀ ਖੁਰਲੀ ਨਾ ਇੱਥੋਂ ਲੈ ਕੇ ਤੇ ਉਹ ਮਸਜਿਦ ਤੱਕ ਖੁਰਲੀ ਭਰ ਜਾਂਦੀ ਖੁਰਲੀ ਬਣਾਈ ਆ ਖੁਰਲੀ 'ਚ ਪਾ ਦਿੰਦੇ ਉੱਥੇ ਨਾ ਕੁੱਤੇ ਜਿਹੜੇ ਜਿਹੜੇ ਬਾਬੇ ਬੁੱਲੇ ਸ਼ਾਹ ਦਾ ਜ਼ਿਕਰ ਕੀਤਾ ਹੈਗਾ ਉਹ ਕੁੱਤੇ ਉੱਥੇ ਖੀਰ ਖਾਂਦੇ ਆ
ਮੇਰੇ ਕੋਲ ਤਾਂ ਕੁਛ ਨੀ ਹੈਗਾ, ਫਿਰ ਉਹਨਾਂ ਨੇ ਵਰ ਦਿੱਤਾ ਕਿ ਤੇਰੇ ਇੱਥੇ ਇੰਨੀ ਜ਼ਿਆਦਾ ਖੀਰ ਚੜੇਗੀ ਕਿ ਕੁੱਤੇ ਵੀ ਇੱਕ ਪਾਉਣਗੇ। ਵਰ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਦਾ ਦੱਸਿਆ ਜਾਂਦਾ, ਗੁਰੂ ਅਰਜਨ ਦੇਵ ਪੰਜਵੀਂ ਪਾਤਸ਼ਾਹ ਜੀ ਨੇ, ਪੰਜਵੀਂ ਨੀ